ਮੌਸਮੀ ਸਾਹਿਬ, ਮੈਂ ਮੇਰਾ ਸ਼ਰੀਫ ਸ਼ੁਰੂ ਕਰਨ ਲੱਗਾ। ਅੱਲਾ ਫਰਮਾਉਂਦਾ ਕੁਰਾਨ ਮਜੀਦ ਚ, ਸੁਬਹਾਨ ਅੱਲਾ ਜੀ। ਹੁਣ ਜਦੋਂ ਸੁਬਹਾਨ ਖੁਦਾ ਕੇ ਸੁਬਹਾਨ ਖੁਦ ਸੁਬਹਾਨ ਕਵੇ ਸੁਬਹਾਨ ਅੱਲਾ, ਖੁਦ ਸੁਬਹਾਨ ਦੇ ਮੂੰਹੋਂ ਨਿਕਲ ਜਾਏ ਸੁਬਹਾਨ ਅੱਲਾ। ਹਾਏ ਹਾਏ, ਅਲਫਾ ਇਰਾਦਾ ਹੱਕ ਨੇ ਕੀਤਾ। ਜੀ ਸ਼ੇਰ ਬੜਾ ਕਾਬਿਲ ਗੌਰ, ਇੱਧਰ ਤਰ੍ਹਾਂ ਗੌਰ ਕਰੋ ਜੀ। ਅਲਫਾ ਇਰਾਦਾ ਹੱਕ ਨੇ ਕੀਤਾ, ਕਿਉਂਕਿ ਜਦੋਂ ਕੱਲਣ ਵਾਲਾ ਕਿਚਨ ਨੇ ਜਾ ਕੇ ਲਿਆਉਣਾ, ਉਹ ਉੱਥੇ ਚੌਂਕ 'ਚ ਪਿਆ ਹੁੰਦਾ ਜੀ, ਸਲਾਮ ਅਲੈਕਮ। ਅੱਗੋ ਜੋਗਾ ਮੈਂ ਨਹੀਂ ਅਤੇ ਨਾ ਮੈਨੂੰ ਪਤਾ, ਕਿਉਂਕਿ ਮੇਰੀ ਬੱਸ ਹੋ ਗਈ। ਅਤੇ ਫਿਰ ਮੇਜ਼ਬਾਨ ਦਾ ਹੱਕ ਬਣਦਾ ਕਿ ਖੁਦ ਆਵੇ ਅਤੇ ਮਹਿਮਾਨ ਨੂੰ ਆਪ ਲੈ ਜਾਏ, ਅਤੇ ਮਹਿਮਾਨ ਵੀ ਐਸਾ ਹੋਏ 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 ਬੇਮਿਸਲੋ ਬੇਮਿਸਾਲ, ਅਤੇ ਬੁਲਾਉਣ ਵਾਲਾ ਵੀ ਬੇਮਿਸਲੋ ਬੇਮਿਸਾਲ, ਕਿਉਂ ਜੀ ਐਸਾ ਹੀ ਹੈ। ਮੇਜ਼ਬਾਨ ਖੁਦ ਆ ਕੇ ਲੈ ਗਿਆ। ਹਜ਼ਰਤ ਜਿਬਰੀਲ ਰਹਿ ਗਏ ਸਿਦਰਾ ਤੇ, ਨਬੀ ਪਾਕ ਅੱਲਾ ਦੇ ਕੋਲ ਗਏ। ਅੱਲਾ ਫਰਮਾਉਂਦਾ ਉਧਰ ਨੂੰ ਮਿੰਨੀ, ਉਧਰ ਨੂੰ ਮਿੰਨੀ ਕਿ ਮਹਿਬੂਬ ਨੇੜੇ ਹੋ ਜਾਓ, ਮਹਿਬੂਬ ਨੇੜੇ ਹੋ ਜਾਓ। ਨਬੀ ਪਾਕ ਨੇੜੇ ਹੋਏ ਅਤੇ ਅੱਲਾ ਫਰਮਾਉਂਦਾ ਇੱਕ ਵਾਰੀ ਹੋਰ ਨੇੜੇ ਹੋ। ਇੰਨੇ ਨੇੜੇ ਹੋ ਗਏ ਕਿ ਫਾਸਲਾ ਕਿੰਨਾ ਰਹਿ ਗਿਆ। ਕੁਰਾਨ ਮਜੀਦ ਫਰਮਾਉਂਦੇ ਕਾਬਾ ਕੌਸੈਨ ਔ ਅਦਨਾ, ਦੋ ਕਮਾਨਾਂ ਦਾ ਫਾਸਲਾ, ਦੋ ਕਮਾਨ ਇਹਨਾਂ ਫਾਸਲਾ ਐਨ ਕਮਾਨ ਇੰਨਾ ਫਾਸਲਾ ਰਹਿ ਗਿਆ ਕਿ ਵਿੱਚ ਪਰਦਾ ਹੈ ਤੌਹੀਦ। ਬਸ ਅੱਲਾ ਨੂੰ ਇੰਨਾ ਫਾਸਲਾ ਵੀ ਚੰਗਾ ਨਾ ਪੈ ਲੱਗੇ। ਅਤੇ ਅੱਲਾ ਜੀ ਕੀ ਫਰਮਾਉਂਦੇ ਨੇ, ਚੰਨ ਸਜਣਾ ਨੇੜੇ ਨੇੜੇ, ਆ ਜਾ ਮੈਂ ਤੇਰਾ ਆਸ਼ਿਕ ਹੂੰ, ਆ ਜਾ ਮੈਂ ਤੇਰਾ
ਜਿਹਨੂੰ ਕੱਲਿਆ ਉਹ ਤੇ ਸਿੱਧਰਾ ਤੇ ਆਉਂਦਾ ਜੀ ਜੀ ਮੇਰੀ ਬੱਸ ਹੋ ਗਈ ਹੈ। ਤੇ ਜਦੋਂ ਮਹਿਮਾਨ ਨੂੰ ਸੈਰ ਕਰਾਈਏ ਤੇ ਮੇਜ਼ਬਾਨ ਨਾਲ ਫਿਰ ਟੁਰ ਕੇ ਸੈਰ ਕਰਾਉਂਦਾ, ਕਿਉਂਕਿ ਐਸਾ ਹੀ ਹੈ। ਇਹ ਵੇਖੋ ਨਾ, ਇਹ ਫੁੱਲ ਖਲੀਆਂ ਲਾਈਆਂ ਨੇ, ਇਹ ਤੁਹਾਡੇ ਆਉਣ ਵਾਸਤੇ ਮੇਜ਼ਬਾਨ ਕਹਿੰਦਾ ਹੁੰਦਾ ਕਿ ਯੇ ਵੀ ਤੁਹਾਰੇ ਆਨੇ ਕੀ ਖੁਸ਼ੀ ਮੇਂ, ਯੇ ਵੀ ਤੁਹਾਰੇ ਆਨੇ ਕੀ ਖੁਸ਼ੀ ਮੇਂ। ਅੱਲਾ ਜੀ ਨਾਲੇ ਸੈਰ ਕਰਾ ਰਹੇ ਨੇ ਹਜ਼ੂਰ ਨੂੰ ਤੇ ਨਾਲੇ ਫਰਮਾ ਰਹੇ ਨੇ ਇੱਕ ਇੱਕ ਮੈਂ ਤੇਰੇ ਲਈ ਸਜਾਈ ਹਜ਼ਰਤ ਯੂਸਫ ਕਾਲੀਨ ਵਿਛਾ ਰਹੇ ਨੇ ਨਬੀ ਪਾਕ ਦੇ ਰਾਵਾਂ 'ਚ, ਆਪਣੀਆਂ ਪਲਕਾਂ ਵਿਛਾ ਰਹੇ ਨੇ, ਆਪਣੀਆਂ ਪਲਕਾਂ ਦਾ ਕਾਲੀਨ। ਓ ਦੋ ਜਗ ਅੱਖੀਆਂ ਰਾਧਾ ਫਰਸ਼ ਕਰਨ ਸਭ ਇਨਸੋ ਮਲਕ ਹੂਰਾ ਭਰੀਆਂ। ਅਤੇ ਹਜ਼ਰਤ ਖਿਦਰ ਅਲੈਹਿ ਸਲਾਮ ਉਹ ਕੇ ਆਬੇ ਹਯਾਤ ਛਿੜਕ ਰਹੇ ਨੇ। ਓਹੋ ਆਬੇ ਹਯਾਤ ਛਿੜਕਾਓ ਕਰਨ ਵਾਲੇ ਜਨਾਬੇ ਖਿਦਰ ਅਲੈਹਿ ਸਲਾਮ, ਏਡੀ ਇੰਤਜ਼ਾਮੀਆ ਪਾਕ, ਏਡੀ ਪਾਕ ਇੰਤਜ਼ਾਮੀਆ। ਅਤੇ ਅੱਲਾ ਫਰਮਾਨਾ ਅੱਜ ਤੇਰੇ ਹੋਣ ਦੀਆਂ ਕੀਤੀਆਂ ਤਿਆਰੀਆਂ, ਅੱਜ ਤੇਰੇ ਹੋਣ ਕਦਮਾਂ ਚ ਫੁੱਲ ਰੱਖੇ ਕੰਨੀਆਂ ਕਿਨਾਰੀਆਂ, ਕਦਮਾਂ ਚ ਫੁੱਲ ਰੱਖੇ ਕੰਨੀਆਂ ਕਿਨਾਰੀਆਂ। ਜਿੱਦੋਂ ਦੀਆਂ ਹੈ ਢੋਲਾ ਚਾਨਣੀ ਬਛਾਈਏ ਸਹਿਜ
ਮੌਲਾ ਕਾਇਨਾਤ ਆਇਆ ਸੀ ਹਜ਼ਰਤ ਮੈਸਮ ਤਮਾਰ, ਹਜ਼ਰਤ ਮੈਸਮ ਤਮਾਰ, ਉਹਨਾਂ ਦਾ ਕੰਮ ਕੀ ਸੀ? ਆਪਣੇ ਹਾਦੀ ਕਾਮਲ ਦਾ ਜ਼ਿਕਰ ਕਰਦੇ ਰਹਿਣਾ। ਹਾਕਮ ਵਕਤ ਨੇ ਆਖਿਆ ਇਹ ਜ਼ਿਕਰ ਤੋਂ ਬਾਅਦ ਆ, ਉਹਨਾਂ ਆਖਿਆ ਮੈਂ ਨਹੀਂ ਬਾਜ਼ ਆ ਸਕਦਾ। ਹਾਕਮ ਵਕਤ ਨੇ ਆਖਿਆ ਅਗਰ ਤੂੰ ਬਾਜ਼ ਨਾ ਆਇਆ ਜ਼ੁਬਾਨ ਤੇਰੀ ਨੂੰ ਮੈਂ ਕੱਟ ਦਿਆਂਗਾ। ਉਹਨਾਂ ਕੇ ਕੱਟਦੇ ਫਿਰ ਵੀ ਸਾਈਂ ਦਾ ਹੀ ਨਾਂ ਲੈਣਾ। ਹਾਕਮ ਵਕਤ ਨੇ ਆਖਿਆ ਪਹਿਲੇ ਜ਼ੁਬਾਨ ਕੱਟਾਂਗਾ ਅਤੇ ਫਿਰ ਤੈਨੂੰ ਦਾਰ 'ਤੇ ਚੜਾਂਗਾ ਸੂਲੀ 'ਤੇ। ਹਜ਼ਰਤ ਮੈਸਮ ਤਮਾਰ ਆਉਂਦੇ ਨੇ ਜਲਦੀ ਜਲਦੀ ਕਰ ਮੈਨੂੰ ਸੂਲੀ ਚਾੜ, ਕਿਉਂਕਿ ਮੇਰੇ ਮੁਰਸ਼ਦ ਦਾ ਫਰਮਾਨ ਹੈ ਮੈਸਮ ਤੈਨੂੰ ਸਾਡੇ ਪਿਆਰ ਵਿੱਚ ਸੂਲੀ ਵੀ ਮਿਲਣੀ ਹੈ। ਉਹਨਾਂ ਪਹਿਲੇ ਜ਼ੁਬਾਨ ਨੂੰ ਕੱਟਿਆ ਅਤੇ ਫਿਰ ਉਹਨਾਂ ਸੂਲੀ ਦੇ ਉੱਤੇ ਚਾੜ ਦਿੱਤਾ ਅਤੇ ਹਜ਼ਰਤ ਮੈਸਮ ਤਮਾਰ ਸੂਲੀ 'ਤੇ ਚੜ੍ਹ ਕੇ ਕੀ ਕਹਿੰਦੇ ਨੇ? ਯਾਰੀ ਯਾਰੀ ਆਖਿਆ ਕਿੱਡਾ ਸਰ ਫਿਰਿਆ, ਆਸ਼ਕ ਸਰ ਫਿਰਿਆ, ਜ਼ੁਬਾਨ ਕੱਟੀ ਦੀ ਪੀੜ ਵੀ ਨਹੀਂ ਮਹਿਸੂਸ ਕਰ ਰਿਹਾ ਅਤੇ ਸੂਲੀ 'ਤੇ ਚੜ੍ਹਨਾ ਵੀ ਨਹੀਂ ਮਹਿਸੂਸ ਕਰ ਰਿਹਾ ਅਤੇ ਮੈਂ ਸਭ ਤੋਂ ਮਾਰਾਂ ਰਿਹਾ ਉਹਦਾ ਸਰ।
حسنو والحسینو سیدہ شباب اہل الجنہ جنت نبی کریم دی حدیث ہے کہ یا علی دا چہرہ رکھنا عبادت ہے تے مقصد تے عبادت کر رہے نا مقصد ہے عبادت ہو نازل مسجد میں جان دے کر بتلا دیا علی نے نماز بھی علی دیے بہار بھی علی دیے چمن بھی علی دا تن بھی علی دا حیران تھی فاطمہ حرم میں کدھر سے آئے حیران تھی فاطمہ حرم میں کدھر سے آئے دیوار کہہ رہی تھی بی بی ادھر سے آئے اوروں کے واسطے ہے جو آئے تو در سے آئے
لیکن جو اہل بیت ہے چاہے جدھر سے آئے